एक सड़ मिल दे दिवाली वाले दिन लई सी पेठा इन्ना मिठा भी इन्ना नहीं मैं खांदी जो मैं माड़ा जा एक दंदी दे दे बस फिर खा ला और एक दंदी बड़ा मिठा खादा नहीं जाता है ना पेठे का ही बनता होंगे पेठे नू पेट बच्चे रख लै रोटी नू एक रोटी नू पेट बच्चे रख लै हाँ।
ਚਾੜੀ ਦੀ ਉੱਟ ਕੀ ਦੀ ਬੱਕਿਆ ਪੈਦਾ ਬ੍ਰੇਕਫਾਸਟ ਕਰ ਲੈ ਤੂੰ ਵੀ ਚਾੜੀ ਦੀ ਉੱਟ ਕੀ ਦੀ ਬੱਕਿਆ ਪੈਦਾ ਖਾ ਲਾ ਦੂਰ ਖਾ ਲਾ ਬ੍ਰੇਕਫਾਸਟ ਕਰ ਲਾ ਤੇ ਲੰਚ ਕਰੇਗੀ ਹਣਾ ਰੁਕ ਕਿਹਨੂੰ ਲੰਚ ਕਰੇਗੀ ਬ੍ਰੇਕਫਾਸਟ ਕਰ ਲੈ ਖਾ ਲਾ ਖਾਂਦੀ ਆਪੇ ਖਾ ਲੂਗੀ ਚੱਕ ਕੇ ਲੈ ਚ ਲੈ ਲੈਚਾ ਕਰ ਲੈ ਲੈਚਾ ਲੈਚਾ थोड़ा ही बाहर ਇੱਥੇ ਜੀ ਘਰ ਦੇ ਕੰਮ ਧੰਦੇ ਬਸ ਸਾਰਾ ਦਿਨ ਲੋਟ ਹੀ ਨਹੀਂ ਆਉਂਦੇ ਗੇ ਅਤੇ ਇੱਕ ਐਂ ਆ ਵੀ ਹੁਣ ਬੀਬੀ ਕੇ ਪਾਣੀ ਦੀ ਫਿਟਿੰਗ ਨਹੀਂ ਹੋਈ ਵੀ ਹੁਣ ਜਿੱਦਾਂ ਆਪਾਂ ਨਵੇਂ ਡਿਜ਼ਾਇਨ ਦੇ ਘਰ ਪਾ ਲੈਂਦੇ ਹਾਂ ਫਿਰ ਤਾਂ ਸੌਖਾ ਹੋ ਜਾਂਦਾ ਪਰ ਇੱਥੋਂ ਹੁਣ ਟੂਟੀ ਇੱਥੇ ਲੱਗੀ ਹੋਈ ਹੈ ਟੈਂਕੀ ਇੱਥੇ ਰੱਖੇ ਅਤੇ ਇੱਥੋਂ ਸਾਰਾ ਪਾਣੀ ਚੁੱਲ੍ਹੇ 'ਤੇ ਲਿਜਾਣਾ ਪੈਂਦਾ ਰਸੋਈ ਦੇ ਕੰਮ ਧੰਦੇ ਕਰਨੇ ਸਾਫ਼ ਸਫਾਈ ਬਾਕੀ ਕੱਪੜੇ ਤਾਂ ਅਸੀਂ ਇੱਥੇ ਬੈਠ ਕੇ ਧੋ ਦਿੰਦੇ ਹੁੰਦੇ ਹਾਂ ਅਤੇ ਪਸ਼ੂਆਂ ਨੂੰ ਪਾਣੀ ਪਿਆਉਣਾ ਤਾਂ ਫਿਰ ਉਹ ਟੂਟੀ ਆ ਜਾਂਦੀ ਹੁੰਦੀ ਆ ਅਤੇ ਇੱਧਰ ਨਿੱਕੇ ਮੋਟੇ ਘਰ ਦੇ ਕੰਮ ਧੰਦੇ ਕਰੀ ਜਾਂਦੀ ਸੀ ਬਸ ਬੀਬੀ ਵੀ ਸਾਰਾ ਦਿਨ ਆਈ ਘਰ ਆਪਦਾ ਸੰਭਾਲ ਲੈਂਦੀ ਆ ਅਤੇ ਬੀਬੀ ਤਾਂ ਇੱਕ ਰਾਤ ਵਾਸਤੇ ਵੀ ਆਪਦਾ ਘਰ ਨਹੀਂ ਛੱਡਦੀ ਅਤੇ ਮਤਲਬ ਨਾ ਇੰਨਾ ਟਾਈਮ ਹੋ ਗਿਆ ਮੇਰੀ ਮੈਰਿਜ ਹੋਈ ਨੂੰ ਵੀ ਤਾਂ ਬੀਬੀ ਇੱਕ ਰਾਤ ਨਹੀਂ ਮੇਰੇ ਕੋਲ ਲਾ ਕੇ ਜੇ ਬੀਬੀ ਨੂੰ ਕਹਿ ਦਈਏ ਨਾ ਤਾਂ ਫਿਰ ਬੀਬੀ ਕਹਿ ਦਿੰਦੀ ਹੈ ਵੀ ਮੇਰਾ ਘਰ ਨਹੀਂ ਸਰਦਾ ਕਿਉਂਕਿ ਬੀਬੀ ਦਾ ਹੌਸਲਾ ਹੀ ਨਹੀਂ ਪੈਂਦਾ ਵੀ ਮੈਂ ਆਪਦਾ ਘਰ ਛੱਡ ਕੇ ਜਾਵਾਂ ਕਿਤੇ ਅਤੇ ਇਸ ਕਰਕੇ ਇੱਕ ਰਾਤ ਵਾਸਤੇ ਵੀ ਜੇ ਬੀਬੀ ਦਾ ਘਰ ਨਹੀਂ ਛੱਡ ਸਕਦੀ ਤਾਂ ਮਤਲਬ ਇੰਨੇ ਟਾਈਮ ਲਈ ਮੇਰੇ ਕੋਲ ਕਿਵੇਂ ਰਹਿ ਪਊਗੀ ਆਪਦਾ ਘਰ ਛੱਡ ਕੇ ਹੈ ਨਾ ਅਤੇ ਆਪਦੇ ਘਰ ਨਾਲ ਹਰ ਇੱਕ ਬੰਦੇ ਨੂੰ ਪਿਆਰ ਹੁੰਦਾ ਜਿੰਨਾ ਚਿਰ ਬੰਦਾ ਮਤਲਬ ਆਪਦਾ ਆਪ ਸੰਭਾਲ ਸਕਦਾ ਉਨਾ ਚਿਰ ਆਪਦੇ ਘਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਜਿਹਨੇ ਆਪਦਾ ਘਰ ਬੰਨਿਆ ਹੁੰਦਾ ਹੈ ਨਾ ਅਤੇ ਬਾਕੀ ਆਪਾਂ ਮਤਲਬ ਜਦੋਂ ਆਪਦੇ ਘਰ ਨੂੰ ਛੱਡ ਕੇ ਇੱਕ ਦਿਨ ਲਈ ਨਹੀਂ ਜਾ ਸਕਦੇ ਫਿਰ ਸਾਰੀ ਜ਼ਿੰਦਗੀ ਲਈ ਆਪਾਂ ਬਗਾਨੀ ਜਗ੍ਹਾ 'ਤੇ ਨਹੀਂ ਰਹਿ ਸਕਦੇ ਅਤੇ ਨਾ ਕਾਫ਼ੀ ਜ਼ਿਆਦਾ ਕਮੈਂਟ ਹੁੰਦੇ ਤਾਂ ਕਾਫ਼ੀ ਭੈਣਾਂ ਕਹਿ ਦਿੰਦੀਆਂ ਵੀ ਦੀਦੀ ਤੁਸੀਂ ਵੀ ਨਾਨੀ ਨੂੰ ਆਪਦੇ ਘਰ ਰੱਖ ਲਓ ਆਪਦੇ ਪਿੰਡ ਰੱਖ ਲਓ ਉੱਥੇ ਰਹਿਣ ਲੱਗ ਗਏ ਨਾ ਬੀਬੀ ਹਰਕੇ ਅਤੇ ਇਸ ਤਰ੍ਹਾਂ ਜੀ ਮਤਲਬ ਨਹੀਂ ਸੰਭਵ ਹੈਗਾ ਪੋਸੀਬਲ ਨਹੀਂ ਹੈਗਾ ਵੀ ਬੀਬੀ ਉੱਥੇ ਰਹਿ ਪਏ ਅਤੇ ਕਿਉਂਕਿ ਬੀਬੀ ਨਹੀਂ ਰਹਿੰਦੀ ਬੀਬੀ ਦਾ ਨਹੀਂ ਮਨ ਲੱਗਦਾ ਅਤੇ ਬਾਕੀ ਮੈਂ ਵੀ ਆਪਦਾ ਘਰ ਹੁਣ ਛੱਡ ਕੇ ਉੱਥੋਂ ਹੈ ਨਾ ਕਿਉਂਕਿ ਸਾਰਾ ਘਰ ਬਾਰ ਉਵੇਂ ਜ਼ਿਕਰ ਵੀ ਆਪਾਂ ਜੋ ਐਡਜਸਟਮੈਂਟ ਹੋਈ ਹੁੰਦੀ ਆਪਣੇ ਘਰ ਦੀ ਅਤੇ ਉਹ ਆਪਾਂ ਨਹੀਂ ਛੱਡ ਸਕਦੇ ਹੁੰਦੇ ਸੋ ਇਹ ਬਸ ਮਜਬੂਰੀਆਂ ਹੀ ਬਣੀਆਂ ਹੋਈਆਂ ਨੇ ਅਤੇ ਜਿਵੇਂ ਜਿੱਥੇ ਹੈਗੇ ਹੈ ਉਸ ਤਰ੍ਹਾਂ ਨਾਲ ਮਤਲਬ ਜ਼ਿੰਦਗੀ ਚੱਲੀ ਜਾਂਦੀ ਹੈ ਹੈ ਨਾ ਬਾਕੀ ਜੀ ਤੁਸੀਂ ਸਾਡੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੇ ਤੁਹਾਨੂੰ ਸਾਡੇ ਬਲੌਗ ਵੀਡੀਓ ਵਧੀਆ ਲੱਗਦੀਆਂ ਨੇ